ਦੇਖੋ ਪੂਰਾ ਪੰਜਾਬ ਜਾਣਦਾ ਜੀ, ਜਦੋਂ ਕਿਸਾਨ ਮਸਲਾ ਚੱਲਿਆ, ਕਿਸਾਨ ਮਸਲੇ ਦੇ ਵਿੱਚ ਤਿੰਨ ਕਾਲੇ ਕਾਨੂੰਨ ਆਏ ਆ। ਪਹਿਲਾਂ ਤਾਂ ਵੱਡੇ ਬਾਦਲ ਸਾਹਿਬ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਜੀ, ਇਹਨਾਂ ਸਭ ਨੇ ਐਪਰੀਸ਼ੀਏਟ ਕੀਤਾ ਕਿ ਬਹੁਤ ਵਧੀਆ ਇਹ ਕਾਨੂੰਨ ਹੈ ਜੀ, ਲਾਗੂ ਹੋਣਾ ਚਾਹੀਦਾ, ਕਿਸਾਨਾਂ ਨੂੰ ਤਾਂ ਬਹੁਤ ਵੱਡਾ ਬੈਨੀਫਿਟ ਹੋਏਗਾ। ਜਦੋਂ ਕਿਸਾਨਾਂ ਨੇ ਵਿਦਰੋਹ ਕੀਤਾ ਔਰ ਪੰਜਾਬ ਦੇ ਵਿੱਚ ਇੱਕ ਲਹਿਰ ਖੜੀ ਹੋ ਗਈ, ਲੋਕ ਲਹਿਰ ਬਣ ਗਈ ਕਿਸਾਨ ਅੰਦੋਲਨ, ਫਿਰ ਇਹ ਬੈਕਫੁੱਟ 'ਤੇ ਆ ਗਏ ਜੀ। ਫਿਰ ਇਹ ਕਹਿੰਦੇ ਜੀ ਅਸੀਂ ਆਪਣੇ ਅਸੂਲਾਂ 'ਤੇ, ਅਸੀਂ ਆਪਣਾ ਜਿਹੜਾ ਗੱਠਜੋੜਾ ਤੋੜਦੇ ਹਾਂ ਬੀਜੇਪੀ ਨਾਲੋਂ, ਅਤੇ ਹੁਣ ਉਹੀ ਬੀਜੇਪੀ ਹੈ। ਨਾ ਤਾਂ ਕੋਈ ਕਿਸਾਨਾਂ ਦਾ ਦੁਬਾਰਾ ਅਮੈਂਡਮੈਂਟ ਕਰਕੇ ਕੋਈ ਨਵਾਂ ਕਾਨੂੰਨ ਬਣਿਆ, ਨਾ ਕੋਈ ਕਿਸਾਨਾਂ ਨੂੰ ਬੈਨੀਫਿਟ ਮਿਲਿਆ, ਹੁਣ ਦੁਬਾਰਾ ਫਿਰ ਬੀਜੇਪੀ ਦੇ ਨਾਲ ਰਲ ਜਾਣਾ। ਇਹ ਅਕਾਲੀ ਦਲ 'ਤੇ ਆਮ ਵੱਡੇ ਸਵਾਲੀ ਨਿਸ਼ਾਨ ਖੜ੍ਹੇ ਕਰਦਾ ਕਿ ਅਕਾਲੀ ਦਲ ਕਿੱਥੇ ਖੜ੍ਹ ਗਏ। ਅਕਾਲੀ ਦਲ ਤਾਂ ਫਿਰ ਮਜਬੂਰ ਪਾਰਟੀ ਬਣ ਗਈ ਹੈ ਕਿ ਮਜਬੂਰੀ ਹੈ ਉਹਦੀ ਕਿ ਜੀ ਆਪਣੀ ਸ਼ਾਖ ਬਚਾਉਣ ਵਾਸਤੇ, ਸੁਖਬੀਰ ਬਾਦਲ ਸਾਹਿਬ ਆਪਣੀ ਕੁਰਸੀ ਬਚਾਉਣ ਵਾਸਤੇ ਹੁਣ ਬੀਜੇਪੀ ਦੇ ਲੜ ਲੱਗਣਾ ਚਾਹੁੰਦੇ ਆ। ਪਹਿਲਾਂ ਵੀ ਇਕੱਠੇ ਸੀਗੇ ਜੀ, ਅਤੇ ਹੁਣ ਵੀ ਇਕੱਠੇ ਸੀਗੇ, ਔਰ ਹਰੇਕ ਵਿਧਾਨ ਸਭਾ ਦੇ ਵਿੱਚ ਅਲੱਗ ਅਲੱਗ ਕੈਂਡੀਡੇਟਾਂ ਨੇ ਇਲੈਕਸ਼ਨ ਲੜੀ ਹੈ। ਕੋਈ ਫਰਕ ਨਹੀਂ ਪੈਂਦਾ ਜੀ, ਕਿਉਂਕਿ ਪੰਜਾਬ ਦੇ ਲੋਕ ਜਿਸ ਤਰ੍ਹਾਂ ਹੁਣ ਭਗਵੰਤ ਮਾਨ ਸਾਹਿਬ ਹੋਰੀ ਕੰਮ ਕਰ ਰਹੇ ਆ, ਔਰ ਜਿਸ ਨੀਤੀ ਨਾਲ ਔਰ ਜਿਸ ਨੀਅਤ ਦੇ ਨਾਲ ਕੰਮ ਕਰ ਰਹੇ ਭਗਵੰਤ ਮਾਨ ਸਾਹਿਬ, ਮੇਰਾ ਖਿਆਲ ਹੈ ਕਿ ਅੱਜ ਤੱਕ ਕਿਸੇ ਵੀ ਚੀਫ ਮਿਨਿਸਟਰ ਨੇ ਕੰਮ ਨਹੀਂ ਕੀਤਾ। ਤੁਸੀਂ ਖੇਤਾਂ 'ਚ ਜਾਓ, ਮਜ਼ਦੂਰ ਨਾਲ ਗੱਲ ਕਰੋ, ਤੁਸੀਂ ਕਿਸਾਨ ਨਾਲ ਗੱਲ ਕਰੋ, ਕਿੱਡੇ ਖੁਸ਼ ਨੇ ਜੀ, ਕਿੱਡੇ ਖੁਸ਼ ਨੇ ਕਿ ਪਾਣੀ ਜਿਹੜਾ ਸਿੱਧਾ ਟੇਲਾਂ 'ਤੇ ਆ ਰਿਹਾ ਔਰ ਕਿਸਾਨ ਦੀ ਫਸਲ ਜਿਹੜੀ ਹੈ ਲਹਿਰਾ ਰਹੀ ਹੈ ਖੇਤਾਂ ਦੇ ਵਿੱਚ। ਕੱਲ੍ਹ ਸਾਡੀ ਮੀਟਿੰਗ ਸੀਗੀ, ਲੋਕ ਲੇਖਾ ਕਮੇਟੀ ਦਾ ਮੈਂ ਮੈਂਬਰ ਹਾਂ ਜੀ, ਅਤੇ ਉਹਦੇ ਵਿੱਚ ਇੱਕ ਸਵਾਲ ਜਿਹੜਾ ਸੀਗਾ ਕਿ ਜਿਹੜਾ ਪੰਜਾਬ ਦਾ ਥੱਲੜ ਦਾ ਪਾਣੀ ਹੈ, ਇਹ ਲਗਾਤਾਰ ਜਿਹੜਾ ਜੀ ਉਹ ਨਿਘਾਰ ਵੱਲ ਗਿਆ। 96 ਤੋਂ ਬਾਅਦ, 1996 ਤੋਂ ਬਾਅਦ ਲਗਾਤਾਰ ਇਹ ਘੱਟਦਾ ਗਿਆ। ਉਹਦਾ ਜਿਹੜੀ ਅਵੇਅਰਨੈਸ ਹੈ ਜੀ, ਦੇਖੋ ਲੋਕਾਂ ਦੀ ਜ਼ਿੰਦਗੀ ਜੀ ਬਚਾਉਣ ਦਾ ਕੰਮ ਜਾਂ ਪੰਜਾਬ ਬਚਾਉਣ ਦਾ ਕੰਮ ਜਿਹੜਾ ਜੀ ਉਹ ਸਰਕਾਰਾਂ ਦਾ, ਇਸ ਕਰਕੇ ਲੋਕ ਸਰਕਾਰਾਂ ਨੂੰ ਚੁਣਦੇ ਆ, ਅਤੇ ਉਹਦੇ ਵਿੱਚ ਬਹੁਤ ਵੱਡਾ ਨਿਘਾਰ ਆਇਆ। ਹੁਣ ਜੇ ਕਿਤੇ ਨਹਿਰੀ ਪਾਣੀ ਕਿਤੇ 40 ਸਾਲ ਬਾਅਦ ਆਇਆ, ਕਿਤੇ 30 ਸਾਲ ਬਾਅਦ ਆਇਆ, ਕਿਤੇ ਪਹਿਲੇ ਨਹਿਰੀ ਪਾਣੀ ਪ੍ਰੋਪਰ ਆਉਂਦਾ ਹੁੰਦਾ ਤਾਂ ਸ਼ਾਇਦ ਇਹ ਆਪਾਂ ਇਸ ਹੱਦ ਤੱਕ ਨਾ ਪਹੁੰਚਦੇ, ਧਰਤੀ ਥੱਲੇ ਪਾਣੀ ਇੰਨਾ ਨੀਵਾਂ ਨਾ ਜਾਂਦਾ। ਕਿਤੇ ਨਾ ਕਿਤੇ ਪੁਰਾਣੀਆਂ ਸਰਕਾਰਾਂ ਦੋਸ਼ੀ ਨੇ। ਪਾਣੀ ਦੀ ਦੁਹਾਈ ਦੇਣ ਵਾਲੇ, ਪਾਣੀ ਦਾ ਰਾਖਾ ਕਹਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ, ਉਹ ਖੁਦ ਨਹੀਂ ਕਿਸਾਨਾਂ ਦੇ ਖੇਤ ਤੱਕ ਪਾਣੀ ਪਹੁੰਚਾ ਸਕੇ ਜਿਹੜਾ ਹੁਣ ਭਗਵੰਤ ਮਾਨ ਸਾਹਿਬ ਉਹਨੇ ਪਹੁੰਚਾਇਆ। ਪਰ ਇਹ ਕੰਮ ਅਕਾਲੀ ਦਲ ਵੀ ਨਹੀਂ ਕਰ ਸਕਿਆ, ਜਿਹੜੀ ਕਿਸਾਨਾਂ ਦੀ ਪਾਰਟੀ ਕਹਾਉਂਦੀ ਸੀ ਵੀ ਅਸੀਂ ਜੀ ਪੰਥ ਦੀ ਪਾਰਟੀ, ਉਹ ਵੀ ਨਹੀਂ ਕਰ ਸਕੇ। ਆਮ ਆਦਮੀ ਪਾਰਟੀ ਨੇ ਇੱਕ ਸਾਲ ਦੇ ਵਿੱਚ ਕੰਮ ਕਰਕੇ ਦਿਖਾਤਾ, ਅਗਲੇ ਸਾਲ ਜਿਹੜੀ ਕਮੀ ਪੇਸ਼ੀ ਰਹਿ ਗਈ ਵੀ ਦੂਰ ਕੀਤੀ ਜਾਵੇ।